हाँ जी, की हाल है सारे ਵੀਰਾਂ ਦਾ? ਹੋਰ ਕੀ ਬੰਦਾ ਕਰਦਾ ਮੇਰੇ ਵੀਰੋ? ਪੂਤਰ ਪਾਤਰ ਸੈੱਟ ਆ ਜੀ ਸਾਰੇ ਵੀਰਾਂ ਦੇ ਘਰ ਪਰਿਵਾਰ ਠੀਕ ਹੈ? ਅੱਲਾ ਬਾਬੂ ਕਰਦੇ ਭਾਈ ਬੁਲਾ ਦੇ, ਗਲਤੀ ਹੋ ਗਈ, ਸੋਰੀ ਜੀ, ਮਾਫ਼ ਕਰ ਦਿਓ। ਅਤੇ ਅੱਜ ਤਾਂ ਵੈਸੇ ਵਾਹਵਾ ਲੇਟ ਹੋ ਗਏ, ਤਾਂ 10 ਵੱਜ ਗਏ, ਅਤੇ ਕਦੇ 10 ਵਜੇ ਨੂੰ 10 ਬੱਚੇ ਡਾਂ ਦਿੰਦੇ ਸੀ ਆਪਾਂ, ਜਿੰਨੇ ਦਿਨ ਸੁਖਜਿੰਦਰ ਰਿਹਾ ਉੱਧਰ 8 ਵਜੇ ਬੱਚੇ ਡਾਂ ਦਿੰਦੇ ਸੀ ਕੱਢ ਕੇ। ਅੱਜ ਕੱਲ੍ਹ ਗਏ ਆ ਉਹ, ਅਤੇ ਧੁੱਪਾਂ ਵੇਖੋ ਚੜ੍ਹਿਆਗਾ ਕਿਹੜਿਆ। ਚਲੋ ਭਾਈ ਉੱਠੀਏ, ਅੱਜ ਚਾਬੀਆਂ ਨਹੀਂ ਚੱਕਦੇ, ਅੱਜ ਚਾਬੀਆਂ ਦਾ ਕੋਈ ਕੰਮ ਨਹੀਂ ਆਪਣੇ ਕੋਲ। ਸੱਚਾ ਤਾਂ ਦਿਖਾਉਣ ਵੀ ਭੁੱਲ ਗਏ ਨਾ ਤੁਹਾਨੂੰ, ਇਹ ਰਾਤ ਇਹ ਵੀ ਸਾਂਭ ਤੇ ਸਿੰਦਰ ਆਪਣਾ ਆਤਿਸ਼ਬਾਜ਼ੀਆਂ ਮੇਰੇ ਵੀਰੋ। ਵੈਸੇ ਤਾਂ ਰਾਹ ਵੀ ਬਹੁਤ ਵੱਡੀਆਂ ਸੀ ਨਾ ਮੇਰੇ ਹਿਸਾਬ ਨਾਲ, ਕਿੰਨੇ ਹੀ ਰੋਕਟ ਸਨਸ਼ਾਈਨ ਪਤਾ ਨਹੀਂ ਕੀ ਲਿਖਿਆ ਪੈਣਾ ਇੱਥੇ ਤਾਂ। ਵੈਸੇ ਤਾਂ ਆਹ ਵੀ ਸਾਈਜ਼ ਬਹੁਤ ਵੱਡਾ ਸੀਗਾ, ਚਲੋ ਕੋਈ ਦਿੱਕਤ ਨਹੀਂ, ਪਰ ਉਹ ਪਰਲਾ ਤਾਂ ਸਿਰੇ ਹੀ ਕਰਾ ਦੇਣਾ ਫਿਰ ਹੁਣੇ, ਤਾਂ ਉਹ ਸੀਨ ਬਣ ਗਿਆ। ਚਲੋ ਆਹ ਨੂਡਲ ਡੱਬੀ ਘਰ ਲੈ ਚੱਲਾਂਗੇ, ਅਤੇ ਇੱਧਰ ਬੱਚੇ ਦੀ ਵੀ ਓਕੇ ਰਿਪੋਰਟ ਆ ਬਈ, ਹੈ ਨਾ, ਜਿਹੜਾ ਜਾਲ 'ਚ ਛੱਡਿਆ ਸੀਗਾ ਆਪਾਂ ਸੈੱਟ ਆ। ਬਸ ਅੱਜ ਦਾ ਦਿਨ ਹੋਰ ਦਵਾਈ ਦੇ ਕੇ ਫਿਰ ਉਹਨੂੰ ਖੁੱਡੇ ਛੱਡ ਦਾਂਗੇ, ਜਾਲ 'ਚ ਤਾਂ ਔਖਾ, ਬਾਕੀ ਚੇਪਾਂ ਚੁੱਪਾਂ ਲਾ ਦਿਆਂਗੇ। ਹਾਂ ਪੁੱਤ, ਟਰਿਆਂ ਵਿਹਲੀਆਂ, ਓਕੇ ਰਿਪੋਰਟ ਆਈ, ਇੱਧਰ ਟਰਿਆਂ ਟਰਾਂ ਵਿਹਲੀਆਂ ਕਰੀ ਬੈਠਿਆ, ਪਰ ਅੱਜ ਨਹੀਂ, ਅੱਜ ਬਾਹਰ ਨਹੀਂ ਕੱਢਦੇ ਬੱਚੇ, ਅੱਜ ਆਪਾਂ ਛੋਟੇ ਬੱਚੇ ਬਾਹਰ ਕੱਢਾਂਗੇ, ਜਮਾਂ ਛੋਟੇ ਬੱਚੇ ਜੇ ਕੱਢੇ ਤਾਂ, ਅਤੇ ਹੋਰ ਕੋਈ ਨਹੀਂ ਬਾਹਰ ਕੱਢਣਾ। ਆ ਗਏ ਜੀ ਘਰ ਕੰਨੀ, ਕਹਿੰਦੇ ਤੇਰੇ ਵਿਆਹ ਦੀ ਤਰੀਕ ਨੇੜੇ, 10 ਦੀ ਹਵੇਲੀ ਹੁੰਦੀ ਰੰਗ ਸੋਹਣਿਆ, ਬੇਟਾ ਬੂਟਾ ਨੂੰ ਰੰਗ ਕਰ ਰੱਖਿਆ ਤੇ ਕਹਿੰਦੇ ਪੂਰੀ ਛੰਡ ਕੱਢ ਰੱਖੀ ਯਾਰ। ਹਾਂਜੀ ਮੇਰੇ ਵੀਰੋ, ਆ ਗਏ ਜੀ ਇੱਧਰਲੇ ਘਰ, ਰੋਟੀ ਰੋਟੀ ਖਾ ਜਾਂਦੀ। ਅੱਜ ਮਾਹੌਲ ਯਾਰ ਸੁੰਨਾ ਸੁੰਨਾ ਹੀ ਕਿਵੇਂ ਲੱਗੀ ਜਾਂਦਾ, ਮਾਹੌਲ ਸੁੰਨਾ ਸੁੰਨਾ ਹੀ ਕਿਵੇਂ ਲੱਗ ਰਿਹਾ ਅੱਜ? ਪਹਿਲਾਂ ਤਾਂ ਆਪਾਂ ਜਾ ਕੇ ਆਈਏ ਮੈਡੀਕਲ 'ਤੇ, ਦਵਾਈ ਵੀ ਲੈਣੀ ਜੀ, ਠੀਕ ਹੈ, ਅੱਜ ਪਿੰਡੋਂ ਵੀ ਲੈਣੀ ਯਾਰ, ਅੱਜ ਬਾਦਲ ਨਹੀਂ ਗਏ ਯਾਰ, ਬਾਦਲ ਜਾਣਾ ਕੈਂਸਲ ਕਰਤਾ ਯਾਰ, ਹੈ ਨਾ, ਫਾਇਦਾ ਨਹੀਂ ਐਵੇਂ, ਕੋਈ ਕਲੇ ਗੇੜੇ ਹੀ ਪੈਂਦੇ ਆ ਬਾਦਲ ਦੇ ਤਾਂ, ਠੀਕ ਹੈ ਕਿ ਨਹੀਂ। ਆਹ 2-3 ਮਿੰਟ ਕੋਲ ਸੀਗਾ, ਇੱਥਰੋਂ ਸੀਨ 'ਤੇ ਫਲੋਕਸਾ ਸੀਨ 'ਤੇ ਬੈਟਰੀ ਸੋਲ ਵਸਣ। ਹਾਂਜੀ ਮੇਰੇ ਵੀਰੋ, ਮੋਟਰਸਾਈਕਲ ਦੀ ਸਰਵਿਸ ਕਰਾਉਣ ਦੀ ਵੀ ਰਾਇ ਸੀਗੀ, ਪਹਿਲਾਂ ਦੇਖਦੇ ਹਾਂ, ਮੇਰੇ ਹਿਸਾਬ ਨਾਲ ਤਾਂ ਸੁੱਕਾ ਹੀ ਚੱਲੀ ਜਾਂਦਾ ਉਹਨਾਂ ਨਾਲ, ਜਿਹੜੇ ਹਿਸਾਬ 'ਤੇ ਮੁਸ਼ਕ ਮਾਰਦਾ ਇਹਦੇ 'ਚ, ਅਤੇ ਬਾਕੀ ਕੁਛ ਕਹਿ ਨਹੀਂ ਸਕਦੇ ਨਾ, ਮਾੜਾ ਮਾੜਾ ਸਾਫ਼ ਜਿਹਾ ਕਰ ਲੈਣ ਫੂਕ ਜੀ ਮਾਰ ਕੇ, ਲੋੜ ਹੀ ਨਹੀਂ। ਹਾਂਜੀ ਮੇਰੇ ਵੀਰੋ, ਅਤੇ ਇਹ ਦਵਾਈ ਦੇ ਦੀ ਬਈ ਕਬੂਤਰ ਨੂੰ, ਕਬੂਤਰ ਨੂੰ ਆਖਿਆ ਨਾ ਜਿਹੜੇ ਬੱਚੇ ਨੂੰ ਪਿਓਰ ਮੂੰਹ ਲਿਆਂਦਾ ਹੈਗਾ, ਵੈਸੇ ਤਾਂ ਠੀਕ ਆ, ਕੋਈ ਦਿੱਕਤ ਵਾਲੀ ਗੱਲ ਨਹੀਂ, ਉਹ ਮੈਨੂੰ ਐਂ ਜ਼ੁਕਾਮ ਜ਼ੁਕੂਮ ਜਿਹਦਾ ਵੀ ਵਾਇਰਸ ਹੀ ਹੁੰਦਾ ਇਹ, ਹੈ ਨਾ, ਮੈਂ ਆਪਣਿਆਂ ਨੂੰ ਹੋ ਜੇ ਉਹ ਗੱਲ 'ਚ ਕੀ ਫਾਇਦਾ, ਅਤੇ ਇਹ ਪੱਠਾ ਸੀਗਾ ਹੈ ਨਾ, ਪੱਠੀ ਬਣੂ ਮਤਲਬ। ਵਾਹਿਗੁਰੂ 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 ਜੀ, ਛਿੱਕ ਆ ਗਈ ਸੀ, ਦੇ ਤੀ ਇਹਨੂੰ ਦਵਾਈ, ਅਤੇ ਆਪਣੇ ਦੂਜੇ ਬੱਚਿਆਂ ਨੂੰ ਛੱਡ ਦੇ, ਠੀਕ ਹੈ। ਚੱਲ ਪੁੱਤ ਕੋਈ ਨਾ ਕੋਈ ਨਾ, ਹੋ ਜਾ ਅਡਜਸਟਮੈਂਟ, ਕਿਰਾ ਤਾਂ ਮਾਰਨਗੇ ਨਵੇਂ ਨੂੰ ਦੇਖ ਕੇ, ਬਾਕੀ ਓਕੇ ਰਿਪੋਰਟ ਨੇ, ਸੈੱਟ ਹੈ ਕੰਮ ਸਾਰਾ, ਪਾਣੀ ਪੂਣੀ ਚੱਕ ਦੇ ਇਹਨਾਂ ਦਾ ਨਾ, ਬਾਅਦ 'ਚ ਨਵਾਂ ਹੀ ਪਾਵਾਂਗੇ ਘਰ 'ਚੋਂ, ਡੇਲੀ ਦੀ ਡੇਲੀ ਬਦਲਣਾ ਪੈਂਦਾ, ਦਾਣੇ ਵਾਲੀ ਟਰੇ ਵੀ ਚੱਕ ਦੇ, ਦਾਣੇ ਵੀ ਰੋਕ ਕੇ ਪਾਵਾਂਗੇ ਇਹਨਾਂ ਨੂੰ। ਹਾਂਜੀ ਮੇਰੇ ਵੀਰੋ, ਅਤੇ ਇੱਧਰ ਬਈ ਰੱਖ ਦੇ ਦਾਣੇ ਕਬੂਤਰਾਂ ਨੂੰ ਆਪਣੇ ਨਜੋੜਨ ਵਾਲਿਆਂ ਨੂੰ, ਆਇਓ 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 ਬੇਟਾ, ਅਤੇ ਇੱਧਰੋਂ ਵੀ ਰੱਖ ਦੇ ਬਈ ਆਪਾਂ, ਆਇਓ 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 ਪੁੱਤ, ਅਤੇ ਇੱਧਰ ਬੈਠ ਖਾ ਲਓ ਵੀ ਪਾਤਾ ਵੀ ਦਾਣੇ ਦਾਣੇ ਮਤਲਬ ਬਰੋ, ਸਿਰਫ ਸੁਬਹਾ ਦੇ ਟਾਈਮ ਦਾ ਦਾਣੇ, ਹੱਥ ਨਹੀਂ ਦਾਣਾ ਪਾਣੀ ਦੋਵੇ, ਓਕੇ ਵੀਰ ਬੋਰਡ 'ਚੋਂ ਬਰਾ ਸਲੀਏ ਭਾਈ, ਲਓ ਜੀ ਪਕੜਿਓ। ਚਲੋ ਭਾਈ ਹੁਣ ਚੱਲਦੇ ਹਾਂ ਸਰਵਿਸ ਕਰਾਉਣ, ਪਹਿਲਾਂ ਗਏ ਤਾਂ ਅਸੀਂ ਪਰ ਏਅਰਪੋਰਟ ਘਰ ਰਹਿ ਗਏ ਸੀ ਆਪਣੇ, ਠੀਕ ਹੈ, ਇਹਨਾਂ ਨੂੰ ਚੱਕਣਾ ਆਏ ਸੀਗੇ, ਹੁਣ ਚੱਲਦੇ ਹਾਂ ਸਹੀ ਸਹੀ ਬੱਸ, ਹੋ ਸਕਿਆ ਮੋਟਰਸਾਈਕਲ ਧਵਾ ਕੇ ਵੀ ਲਿਆਵਾਂਗੇ, ਇੰਡੀਕੇਟਰ ਪਵਾ ਕੇ ਚੈਨ ਸੱਟ ਕੇ ਧਵਾਏ ਤਾਂ ਖਤਮ ਨਾ ਹੋ ਜੇ, ਕਿਸੇ ਪਾਣੀ ਪੂਣੀ ਵਿੱਚ ਵੜ ਜਾਣੇ ਸਾਰੇ ਦੇ, ਪਹੁੰਚ ਗਏ ਜੀ ਵੇਸੀ ਹਾਂ, ਅਤੇ ਬਸ ਸਰਵਿਸ ਕਰਾਉਣੀ ਆ, ਹੋਰ ਸਾਰਾ ਕੰਮ ਕਰਾਉਣਾ, ਦਿਖਾਉਣਿਆ ਤੁਹਾਨੂੰ, ਠੀਕ ਹੈ ਕਿ ਨਹੀਂ। ਸਰਵਿਸ ਇੱਧਰ ਘਰੇ ਏ ਸੀ ਵਾਲੀ ਪ੍ਰੋਬਲਮ ਹੈ, 2 ਕੁ ਇੰਡੀਕੇਟਰ ਬਦਲ ਨਾਲ, ਇੱਕ ਚੈਨ ਕਸਨ ਕੁਸਨ ਵਾਲੀ ਹੈ, ਉਹਨੇ ਸਰਵਿਸ ਕਰੀ ਹੋਊਗਾ ਬਾਈ, ਅਤੇ ਉਹਨੇ ਆਪਾਂ ਬੈਠ ਕੇ ਆਪਾਂ ਵੀਡੀਓ ਐਡਿਟ ਕਰਦੇ ਹਾਂ ਆਪਣੇ। ਚਲੋ ਭਾਈ ਚੱਲਦੇ ਹਾਂ ਘਰ ਨੂੰ, ਮੋਟਰਸਾਈਕਲ ਕਰਾ ਲਿਆ ਸੈੱਟ ਬੈੱਟ ਜਿੰਨਾ ਕੁ ਹੋਇਆ, ਪਰ ਇੰਜਣ ਦਾ ਕੰਮ ਕਰਤਾ ਵੀ ਮੋਟਰਸਾਈਕਲ ਦਾ ਜੀ, ਠੀਕ ਹੈ, ਉਹ ਤੁਹਾਨੂੰ ਦੱਸਿਆ ਸੀ ਵੀ ਸੁੱਕਾ ਚੱਲੀ ਆ ਜਮੀ। ਦੱਸੋ ਜੀ ਵਾਪਸ ਆ ਗਏ ਫਿਰ ਹੈ? ਹਾਂ ਉਹਨਾਂ ਨੂੰ ਪੁੱਛ ਦੂੰ, ਕੋਈ ਦਿੱਕਤ ਵਾਲੀ ਗੱਲ ਨਹੀਂ, ਵਟਸਐਪ 'ਤੇ ਭੇਜ ਦੂੰ, ਅਤੇ ਇਹਦੇ 'ਚ ਦੱਸੀ ਮਾੜਾ ਤੇਲ ਕਿੰਨਾ ਸੀ ਆ ਮਗਲਾ ਵਾਲਾ? ਹਾਂ ਚੂਲੀ ਹੁੰਦੀ ਹੈ, ਹਾਂ ਚੂਲੀ ਹੁੰਦੀ ਹੈ, ਇੱਕ ਬੂੰਦ ਹੁੰਦੀ ਹੈ, ਹਾਂ ਬੂੰਦ ਵੀ ਹੈ ਨਹੀਂ ਸੀ,
ਭਾਈ ਓਏ ਅਸੀਂ ਕਮਾਲ ਮੰਨ ਗਿਆ ਉਹਨੇ ਉਹਦਾ ਭਰਾ ਡੁੱਬ ਕੇ ਲੈਣਾ ਸਾਫ ਕਰਕੇ ਲਿਆ ਉਹਨੂੰ ਬਾਵਾ ਨਿਕਲੂਗਾ ਉਹਨੇ ਆਦਾ ਭਾਂਡਾ ਸਾਫ ਕਰਕੇ ਥੱਲੇ ਰੱਖਿਆ ਜਦੋਂ ਨੜ ਖੋਲਿਆ ਇਹਦੇ ਚ ਇੱਕ ਬੂੰਦ ਵੀ ਤੇਲ ਦੀ ਨਿਕਲੀ ਜਮਾਂ ਹੀ ਸੁੱਕਾ ਚੱਲੀ ਗਿਆ ਓਏ ਪਤਾ ਹੀ ਨਹੀਂ ਸੀਜ ਸੂਜ ਕਿਉਂ ਨਹੀਂ ਹੋਏ ਕੀ ਹਿਸਾਬ ਕਿਤਾਬ ਹੈ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਮਗਰ ਸਰਵਿਸ ਕਰਾ ਲਿਆਂਦੀ ਇੰਡੀਕੇਟਰ ਪਵਾ ਲਿਆਂਦੇ ਠੀਕ ਹੈ ਅਤੇ ਹੋਰ ਕੁਛ ਕਲੱਚ ਟੁੱਟਿਆ ਵਿੱਚ ਕੋਈ ਇੱਧਰੋਂ ਆਹਾ ਪਵਾ ਲਿਆਂਦਾ ਮੁੱਠਾ ਜਿਹਾ ਦਾ ਕੋਈ ਹੋਰ ਕੰਮ ਕਰਾ ਲੈਂਦੇ ਜਿੰਨੇ ਕੁ ਹੋਏ ਹੈ ਨਾ ਕੁੱਲ ਮਿਲਾ ਕੇ ਉਹਨਾਂ ਸਾਰਾ ਕੁਛ ਕਰਾ ਤਾ ਬਾਕੀ ਬਸ ਭਾਈ ਇਹਨੂੰ ਸਿੱਧਾ ਹੀ ਹਿਸਾਬ ਹੈ ਸਾਨੂੰ ਸਿੱਟ ਕੇ ਨਵੇਂ ਲੈਣਾ ਪਊਗਾ ਚਲੋ ਕੋਈ ਗੱਲ ਨਹੀਂ ਬਾਬੇ ਅਤੇ ਇੱਧਰ ਆਪਣੇ ਬੱਚਿਆਂ ਨੂੰ ਦਾਣੇ ਰੱਖੀਏ ਫਿਰ ਕੱਲ੍ਹ ਨੂੰ ਉਡਾਵਾਂਗੇ ਆਪਾਂ ਇਕੱਲੇ ਇਕੱਲੇ ਅਤੇ ਬਾਕੀ ਮੋਟਰਸਾਈਕਲ ਠੀਕ ਹੈ ਕਰਾਂ ਵਧੀਆ ਬਣ ਗਏ ਹੈ ਨਾ ਹਜੇ ਧਵਾ ਧੂ ਕੇ ਲਿਆਉਣ ਵਾਲਾ ਇਹ ਮਾੜਾ ਮੋਟਾ ਹਜੇ ਕੁਛ ਇੱਕ ਰਬੜ ਰਿੰਗ ਜੇ ਦੋ ਪਾਉਣ ਵਾਲਾ ਦੋ ਸੀਲਾਂ ਪਾਉਣ ਵਾਲੀਆਂ ਕੁੱਲ ਮਰਾ ਕੇ ਉਹ ਕਹਿੰਦੇ ਵੀ ਜਿੰਨਾ ਟਾਈਮ ਤੁਹਾਡੇ ਤੋਂ ਚੱਲਦਾ ਚਲਾ ਲਓ ਇਹਨੂੰ ਜਾਂ ਤਾਂ ਸਾਰਾ ਇੰਜਨ ਕਰਾਉਣਾ ਪਊਗਾ ਅਤੇ ਨਹੀਂ ਕਹਿੰਦੇ ਇਹਨੂੰ ਵੇਚ ਕੇ ਨਵਾਂ ਲੈ ਲਓ ਮੈਂ ਵੀ ਚੱਲ ਕੋਈ ਗੱਲ ਨਹੀਂ ਜਿੰਨਾ ਟਾਈਮ ਪਾਸ ਕਰਾ ਤੇ ਨੇ ਵਧੀਆ ਵਿਚਾਰ ਨੇ ਆਪਣਾ ਬਾਕੀ ਫਿਰ ਦੇਖਾਂਗੇ ਆਇਓ 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 ਲਓ ਜੀ ਇਹਨੂੰ ਹੁਣੇ ਤੋਂ ਵਾਜਾਂ ਦੇ ਸਿਆਣੇ ਕਰ ਲਈਏ ਆਇਓ 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 ਬੇਟਾ ਆਇਓ 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 ਪੁੱਤ ਓਕੇ ਵੀ ਰਿਪੋਰਟ ਇੱਧਰ ਪਾਣੀ ਵੀ ਰੱਖਤਾ ਬਈ ਸ਼ੁੱਧ ਜਮਾਂ ਵਾਟਰ ਧੋ ਧਾ ਕੇ ਅਤੇ ਲੱਗਦੇ ਹੱਥ ਪਾਈ ਮੈਂ ਹੈਗੇ ਆਪਾਂ ਜਾਨਵਰਾਂ ਦੇ ਠੱਲਾਂ ਪਾ ਦੇਈਏ ਠੀਕ ਹੈ ਖੜ ਜਾਓ ਆਪ ਮੈਂ ਠੱਲਾਂ ਇੱਕ ਬੱਚੇ ਦਾ ਪਾ ਦੀ ਅਤੇ ਇੱਕ ਮਿੰਟ ਪਾਈ ਜਾਂਦੇ ਅਤੇ ਨਾਲ ਦੀ ਨਾਲ ਬਈ ਨੋਟ ਕਰੀ ਜਾਂਦੇ ਹੈ ਨਾ ਵੀ ਕੀ ਹਿਸਾਬ ਕਿਤਾਬ ਹੈ ਇਹਨਾਂ ਸਾਰਿਆਂ ਦਾ ਇੱਕ ਪੇਜ ਨੇ ਕਿੰਨੀ ਹੋ ਗਈ 169 ਓਕੇ ਹੋ ਗਈ ਰਿਪੋਰਟ ਬੱਚੇ ਤਾਂ ਵਾਹ ਹੋਣ ਗਿਆ ਪਿਆ ਪਿਓ ਤਾਂ ਉੱਤੇ ਨਿਕਲੇ ਹੋਣਗੇ ਬੱਚੇ ਹਾਂਜੀ ਮੇਰੇ ਵੀਰੋ ਅਤੇ ਉਹ ਲਾਈਟ ਜਗੀ ਨਹੀਂ ਲਾਈਟ ਹੋਣੀ ਨਹੀਂ ਜਗੂਗੀ ਕਿੱਧਰੋਂ ਚਲੋ ਛੱਡੋ ਅਤੇ ਇੱਧਰਲੀ ਸਾਈਡ ਆ ਗਈ ਬਈ ਬੱਚਿਆਂ ਦੇ ਠੱਲਾਂ ਪਾਉਣ ਦੋ ਇਹ ਬੱਚੇ ਆ ਦੋ ਹੋ ਬੱਚੇ ਆ ਉੱਧਰ ਚਾਰ ਪੰਜ ਬੱਚਿਆਂ ਦੇ ਪਾ ਜਾਂਦੇ ਉਸ ਨੂੰ ਬਾਅਦ 'ਚ ਦਿਖਾ ਦੂੰਗਾ ਉਹ ਹਾਂ ਸੱਚ ਦੋ ਉੱਧਰ ਤਾਂ ਵੀ ਬੈਠਿਆ ਵੀ ਉਹਨਾਂ ਦੇ ਵੀ ਪਾਉਣਗਾ ਮੇਰੇ ਯਾਦ ਆ ਗਿਆ ਅਤੇ ਹਾਂ ਬਸ ਦੋ ਉੱਥੇ ਜਿਹੜੇ ਉਹਨਾਂ ਦੇ ਪਾਉਣ ਠੱਲਾਂ ਮੁੱਕ ਗਈਆਂ ਬਈ ਸਿਰਫ ਇੱਕ ਠੱਲ ਰਹਿ ਗਈ ਅਤੇ ਬੱਚੇ ਰਹਿ ਗਏ ਦੋ ਹੈ ਨਾ ਉਹ ਕਾਲੀ ਦੇ ਉੱਥੇ ਤਾਂ ਜਿਹੜੇ ਪਲਾਈ ਜਾਂਦੇ ਆ ਤਾਂ ਕਰਕੇ ਪਹਿਲਾਂ ਆਪਾਂ ਠੱਲਾਂ ਚੱਕ ਲਈਏ ਅੰਦਰੋਂ ਅਤੇ ਫਿਰ ਜਿਹੜੇ ਬੱਚੇ ਦੋ ਰਹਿ ਗਏ ਉਹਨਾਂ ਦੇ ਹੀ ਪਾ ਦਿਆਂਗੇ ਹਾਂਜੀ ਮੇਰੇ ਵੀਰੋ ਅਤੇ ਹੁਣ ਦਿਖਾਉਣੇ ਜੀ ਤੁਹਾਨੂੰ ਕਿਹੜੇ ਕਿਹੜੇ ਬੱਚਿਆਂ ਦੀਆਂ ਠੱਲਾਂ ਪਾ ਦਿੱਤੀਆਂ ਆਪਾਂ ਠੀਕ ਹੈ ਲਓ ਜੀ ਦੋ ਬੱਚੇ ਤਾਂ ਇਹ ਹੋ ਗਏ ਇਹਨਾਂ ਦੇ ਅੱਜ ਬਲੂ ਰੰਗ ਦੀਆਂ ਠੱਲਾਂ ਕੱਢੀਆਂ ਹੈਗੀਆਂ ਰੈੱਡ ਮੁੱਕ ਗਈਆਂ ਲਓ ਭਾਈ 202 ਨੰਬਰ ਠੀਕ ਆ ਅਤੇ 201 ਨੰਬਰ ਇਹਨਾਂ ਤੋਂ ਬਾਅਦ ਹੋਊਗਾ ਉਦੋਂ ਬਾਅਦ ਦੋ ਬੱਚੇ ਆ ਸੀਗੇ ਠੀਕ ਹੈ ਇਹਨਾਂ ਤੋਂ ਬਾਅਦ ਹੋਊਗਾ ਪੈਰਾਂ 'ਚ ਠੀਕ ਹੈ ਇਹਦੇ ਵੀ ਅਤੇ ਇਹਦੇ ਵੀ ਓਕੇ ਹੋ ਗਈ ਰਿਪੋਰਟ ਉਦੋਂ ਬਾਅਦ ਆਹ ਦੋ ਬੱਚਿਆਂ ਦੇ ਹੋਊਗਾ ਇੱਕ ਮਿੰਟ ਬਹੁਤ ਪਾਸੇ ਤੇਰੇ ਹੀ ਬੱਚੇ ਅਸੀਂ ਕੁਛ ਨਹੀਂ ਕਰਾਉਣਾ ਇਹਨਾਂ ਤੋਂ ਲਓ ਜੀ ਇਹਨਾਂ ਦੇ ਵੀ ਠੀਕ ਹੈ ਅਤੇ ਇਹਦੇ ਵੀ ਓਕੇ ਹੋ ਗਈ ਰਿਪੋਰਟ ਚਾਰਾਂ ਦੇ ਹੋਊਗਾ ਆਹ ਬੱਚੇ ਦੋਵੇਂ ਤਾਂ ਵਾਲੇ ਆ ਬਈ ਹਵਾਲ ਦੇ 'ਚ ਰੱਖਦੇ ਫਿਰ ਤੁਹਾਨੂੰ ਖੁੱਡਿਆ ਕਨੀ ਲੈ ਕੇ ਜਾਂਦੇ ਆ ਅਤੇ ਉੱਥੇ ਚੱਲ ਕੇ ਦਿਖਾਉਣੇ ਆ ਸੱਚਾ ਨੋਟ ਕਰਦੇ ਠੱਲਾਂ ਬਈ ਮੈਂ ਓਕੇ ਹੋ ਗਈ ਰਿਪੋਰਟ ਰੱਖ ਦੋਵੇਂ ਬੱਚੇ ਤਾਂ ਅਤੇ ਇੱਧਰ ਵੀ ਦਿਖਾਉਣੇ ਸਾਨੂੰ ਬੱਚੇ ਆਪਣੇ ਫੇਰ ਲਿਖੇ ਨੇ ਕੱਟ ਕੱਟ ਕੇ ਫੇਰ ਲਿਖੇ ਅਤੇ ਵਾਕਈ ਕੱਟ ਕੱਟ ਕੇ ਲਿਖੇ ਗਲਤ ਲਿਖਦੇ ਉਹਨਾਂ ਨੂੰ ਫਿਰ ਕੱਟ ਕੇ ਲਿਖਣੇ ਪੈਂਦੇ ਆ ਫੜੀ ਬੱਚਿਆਂ ਦੇ ਦੂਜੀ ਇੱਕ ਸ਼ੇਰਾਂ ਵਾਲੀ ਕਾਪੀ ਤਾਂ ਦਿਖਾਈ ਨਹੀਂ ਉਹਨੂੰ ਆਪਾਂ ਜਿਹੜੀ ਸਾਂਭੀ ਪਈ ਆਪਣੇ ਅੰਦਰ ਉਹ ਜੇ ਦਿਖਾਈ ਤਾਂ ਬਸ ਫਿਰ ਤਾਂ ਦੋਵੇਂ ਪਲਟ ਜੂਗੀ ਇੱਕਦਮ ਤੇ ਵਕਤ ਬਦਲੇ ਇੱਕਦਮ ਕਿਸੇ ਨੇ ਨਹੀਂ ਦੇਖੀ ਉਹ ਨਾ ਕਿਸੇ ਦੇ ਇੱਥੇ ਜਿੰਨੇ ਆਪਣੇ ਸੱਜਣ ਮਿੱਤਰ ਰਹਿੰਦੇ ਸ਼ੇਰਾਂ ਵਾਲੀ ਕਾਪੀ ਕਿਸੇ ਨੇ ਨਹੀਂ ਦੇਖੀ ਨਾ ਕਿਸੇ ਨੂੰ ਵੇਖਣ ਦੀ ਇਜਾਜ਼ਤ ਜੇ ਕਿਸੇ ਨੇ ਵੇਖੀ ਤਾਂ 5 ਸਾਲੀ ਸ਼ਾਇਦ ਕੈਦ ਠੀਕ ਹੈ ਜੇ ਕਿਸੇ ਨੇ ਪੜ੍ਹੀ ਤਾਂ 10 ਸਾਲੀ ਅਤੇ ਜੇ ਕਿਸੇ ਨੇ ਪੜ੍ਹ ਕੇ ਲੀਕ ਕਰਤੀ ਬਸ ਇਹਦੀ ਫਾਂਸੀ ਬਸ ਸਜਾਏ ਮੌਤ ਹਾਂਜੀ ਬਾਬੇ ਲੈ ਚੋ ਬ੍ਰਹਮੜੇ ਬਾਹਰ ਛਕਣ ਪਹਿਲਾ ਬੱਚਾ ਤਾਂ ਆਹ ਬਈ ਨਹੀਂ ਨਹੀਂ ਕੁਛ ਨਹੀਂ ਹੁੰਦਾ ਪਹਿਲਾ ਬੱਚਾ ਆ ਰਿਹਾ ਓਕੇ ਹੋ ਗਈ ਰਿਪੋਰਟ ਹੋ ਖੰਡ ਪਾਸੇ ਉਦੋਂ ਬਾਅਦ ਦੋ ਬੱਚੇ ਆ ਰਹੇ ਠੀਕ ਆ ਅਤੇ ਲਓ ਜੀ ਇੱਕ ਅਤੇ ਦੋ ਠੀਕ ਆ ਦੋ ਇਹ ਹੋ ਗਏ ਹਾਂ ਇਹਨਾਂ ਦੇ ਪਹਿਲਾਂ ਪਾ ਦਿੱਤਾ ਸੀ ਉਦੋਂ ਬਾਅਦ ਬੱਚਾ ਇੱਕ ਇਹ ਹੋ ਗਿਆ ਠੀਕ ਆ ਖੜ ਜਾ ਇਹ ਲਓ ਇੱਕ ਬੱਚਾ ਇਹ ਇਹਦੇ ਪਾ ਦਿੱਤੀ ਓਕੇ ਠੀਕ ਆ ਨਾ ਖੰਡ ਇੱਕ ਦੋ ਤਿੰਨ ਚਾਰ ਕੁਛ ਉੱਧਰ ਪਾ ਦਿਆ 6 ਉਹ ਬਾਕੀ ਸਾਰਿਆਂ ਨੇ ਪਾਗਾ ਓਕੇ ਰਿਪੋਰਟਾਂ ਅਤੇ ਚਲੋ ਜੋ ਜੀ ਬਾਹਰ ਪਾ ਦਿਆਂ ਸਭ ਦੇ ਪਾ ਦਿਆਂ ਜੜ ਦਿਓ ਜੀ ਲਾ ਦਿਓ ਲੋਕ ਕੁੱਡਿਆਂ ਨੂੰ ਅੰਦਰ ਜੀ ਸਾਰੀ ਰਾਏ ਸਭਾਈ ਬੈਠੀ ਆ ਸਭ ਤੋਂ ਮੁਰੇ ਬਲਜੀਤ ਜੀ ਖੱਟੀ ਟੀ ਸ਼ਰਟ 'ਚ ਸੇਮ ਸੇਮ ਪੜਾਕਾ ਪਾ ਦੇ ਸਾਰੇ ਬੇਡੀ ਬਾਲਦੇ
बेड मसा तैयार किया सारा तो रह दी यार कर ली थले होर पाए चला जाके अपने एक मिनट गिलास धर दे दिखा दो भरा हां छड़ दो छड़ दो आ गिलास इधर दवनी पटास ते पुठे काम खड़ जा एक मिनट ना 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 एक हां दो गलास गया वे नहीं खिल रहा घरे गली चे बोतल एक मिनट बड़ा आस रही खड़का लो जी ला लेने इनी काम है खड़ जा बड़ी जैश की रखी दी बड़ा खड़का हां चीज सी जान वाली चीज सी वाकई बच गई ना अंदर खड़ जाए मेरी गल सुन ला एक मिनट हो जाए एक मिनट रहा नहीं तो पुठे कर देंगे खड़ जा खड़ जा खड़ जा आया 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 भज गया आ तो नहीं डिगता हूं किस हाल से हल है कोई नहीं पी हल तू इधर टपाए दे बीबी तो मैं पारा बोतल तरूंगा इसे ठीक है खुश है ठीक है खड़ जाए बीबी टपा है रेडी करके टपा ला कोई ना नहीं रेडी अपने खड़ जा तू गेट वेदी चला ला ना जमा सही एक नंबर है भेड़ फिर ग्रेट पा दी चकली चकली एक गल का पता लग गई कुछ भी नहीं करती बंदे ये कुछ भी नहीं कर सकती बाहर कि पानी पिया चला ला कभी मर्जी चला ला जंगले चाहिए पाला हां पौने आ गया अंदरी चला लाए हजरी पा लिया खड़ जा बट अंदर रख दीड़े बच जा मेरे खड़ जा चला दे कली बीड़ी मची
ਹੁਣ ਆ ਗਈ ਆਤਿਸ਼ਬਾਜ਼ੀ ਐਂ ਛੱਡਦੀ ਸਿੱਧੀ ਗੱਲ ਸਿੱਧੀ ਨਾ ਉਡਾ ਦੀ ਕਿ ਥੱਲੇ ਆ ਹੁਣ ਤਾਂ ਵੀ ਕਹਿੰਦਾ ਆਤਿਸ਼ਬਾਜ਼ੀ ਚਲਾਉਣੀ ਆ ਅੱਜ ਵਿਹਲੇ ਭੁੱਖੇ ਨੰਗੇ ਬੱਤੀ ਖੜ ਜਾ ਬਸ ਸਿੱਧੀ ਦੀ ਜਾਈ ਚੰਗਾ ਸਿੱਧੀ ਦੀ ਜਾਣ ਦੇ ਜਾਂਗਾ ਡਰੀ ਨਾ ਬੇਫਿਕਰ ਹੋ ਜਾ चल कोई ना यार कम कोई ना माचे आंदे माचे आंदे पहले माचे आंदे मां बस मैं चला लाई दो घंटे तक फिजो चली तो छी कोई ना आराम देगा नहीं जानी आप छोटा आप ही क्या माउंटेन ड्यू ते डरकी मां की समझ जो ठीक है कि नहीं बस ओके रिपोर्टा पी जाने पार्टी टाइम बन चुके हैं पहला ये पी के पहला ना समान थले करके बाले रजे अक्सर तुम पता खाने पीने बाले आएगा ठीक है नहीं तो ओदी ये समान खाने पीने है ओके रिपोर्टा बाकी टिवली बैठा बची बैठा दवनी मुश्किल है मुश्किल है लगता ना। हाँ जी मेरे वीरो चल भाई मुड़ला इधर ला जागता इंडिकेटर इधर ले उरले उरले इंडिकेटर ओके बेबी मोड़ लिया बाहर भी हूँ चलते हैं भाई दुकान तो थोड़ा समान लेना सी ठीक है उसको बाद चाहिए दसागे भी की हिसाब किताब है ठीक है फिर ट्यूडी उन्हें बैठा दमनी नहीं होता मिस मार गया वो है नहीं गा वो कैर वाला ही है असल में कैर वाला भी है नहीं बेचारा वो दूजे ही है दमनी थोड़ा उत्साह खड़ा है चलो चलते हैं यार आ गए जी घरे पर हो गए 100 महीने लेट उस्ताद जी भी डीक रहे हो भी किधर जा बड़े छड़ के ਕਿੰਨਾ ਟਾਈਮ ਲੱਗ ਗਿਆ ਥੋੜਾ ਅੱਧਾ ਘੰਟਾ ਹੀ ਲਾਇਆ ਸਰਜੀਤ ਕੇ ਗਏ ਸਰਜੀਤ ਕੇ ਹੈ ਨਹੀਂ ਸੀ ਮੈਂ ਬਾਦਲ ਚੱਲ ਬਾਦਲ ਗਏ ਉੱਥੇ ਵੀ ਗਏ ਹੈ ਨਹੀਂ ਮੈਂ ਵੀ ਠੀਕ ਹੈ ਦੂਜੀਆਂ ਦੁਕਾਨਾਂ ਬੰਦ ਪਾ ਫਿਰ ਮੇਰੇ ਯਾਦ ਆ ਮੈਂ ਦਵਾਈ ਲੈ ਕੇ ਚੱਲ ਗਿਆ ਅੱਖਾਂ ਵਾਲੀ ਜਿਹੜੇ ਹੁਣ ਤੇਰੇ ਕਬੂਤਰਾਂ ਦੇ ਅੱਖਾਂ ਦਾ ਵਾਇਰਸ ਚੱਲਦਾ ਹੈ ਉਹ ਜਿਹੜੀ ਆਪਾਂ ਦਵਾਈ ਲਿਆਂਦੀ ਹੈ ਇਹ ਖਤਮ ਕਰ ਦੂਗੀ ਅਤੇ ਜੇ ਨਾ ਖਤਮ ਕੀਤਾ ਤਾਂ ਵੀਡੀਓ 'ਚ ਨਾ ਦੱਸੀ ਮੈਨੂੰ ਇਕੱਲੇ ਨੂੰ ਦੱਸਦੀ ਵੀ ਚੱਲੀ ਨਹੀਂ ਠੀਕ ਹੈ ਆਪਦੇ ਵੱਲੋਂ ਸਾਰਾ ਤੋਂ ਸਿਰੇ ਦਾ ਦਵਾਈ ਭਾਲ ਕੇ ਲਿਆਂਦੀ ਅਸੀਂ ਭੈਣ ਨਹੀਂ ਅੱਖਾਂ ਲੁੱਟ ਹੈ ਹਾਂਜੀ ਮੇਰੇ ਵੀਰੋ ਅਤੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਲਈਏ ਬਈ ਟਾਈਮ ਬਹੁਤ ਹੋ ਗਿਆ 9:10 ਚੱਲੇ ਅਤੇ ਇੱਧਰ ਪਾ ਕੇ ਦਾਣੇ ਆਪਾਂ ਬੈਠ ਕਰ ਓਕੇ ਹੋ ਗਏ ਰਿਪੋਰਟ ਇੰਨੇ ਵਾਧੂ ਹੈ ਪਾਣੀ ਵੀ ਚੈੱਕ ਕਰ ਲਈਏ ਪਾਣੀ ਵੀ ਵਾਹ ਵਾਹ ਪੈ ਗਿਆ ਅਤੇ ਭਾਈ ਜਾਇਆ ਇਹ ਘਰੇ ਇੱਕ ਵਾਰੀ ਘਰੇ ਆਏ ਰੋਟੀ ਖਾ ਜਾਂਦੀ ਬਈ ਨਹਾ ਕੇ ਹਜੇ ਆਊਂਗਾ ਠਹਿਰ ਕੇ ਚੱਕਰ ਕੇ ਟਿਵਲੀ ਇੱਧਰ ਬੈਠਾ ਮੈਂ ਹਰ ਮੁੜ ਕੇ ਘਰ ਦੇ ਤੰਗ ਹੁੰਦੇ 10-11 ਵਜੇ ਰੋਟੀ ਖਾਣ ਦਾ ਟਾਈਮ ਹੁੰਦਾ ਕੋਈ ਹੈ ਨਾ ਵੈਸੇ 10 ਤਾਂ ਹੁਣ ਵੀ ਵੱਜੇ ਪਏ ਆ ਫਿਰ 11-12 ਵਾਲਾ ਟਾਈਮ ਜ਼ਿਆਦਾ ਲੇਟ ਹੋ ਜਾਂਦਾ ਤਾਂ ਕਰਕੇ ਰੋਟੀ ਖਾ ਕੇ ਮੁੜਿਆ ਏ ਕਬੂਤਰਾਂ ਨੂੰ ਦਾਣਾ ਪਾਣੀ ਪਾ ਗਿਆ ਸੀ ਮੈਂ ਸਾਰਿਆਂ ਨੂੰ ਬਈ ਠੀਕ ਹੈ ਲਗਭਗ ਭਾਈ ਟਾਈਮ ਹੋ ਗਿਆ 12 ਵੱਜ ਗਏ ਠੀਕ ਹੈ ਕਿ ਨਹੀਂ ਅਤੇ ਹੁਣ ਗਿਆ ਟਿਵਲੀ ਡਾਊਨ ਵੀ ਅਤੇ ਮੈਂ ਰੋਟੀ ਦਾ ਤੁਹਾਨੂੰ ਪਤਾ ਟਾਈਮ ਲਿਖਾਇਆ ਸੀ ਪਹਿਲਾਂ ਅਤੇ ਹੁਣ 12 ਸਹੀ ਪੂਰੇ 12 ਵੱਜ ਗਏ ਹੁਣ ਮੈਂ ਸੋਚਿਆ ਨਾ ਨਹਾਵਾਂ ਕਿ ਨਾ ਨਹਾਵਾਂ ਜੇ ਨਹਾਉਣ ਜਾ ਵੜਿਆ ਅੱਧਾ ਘੰਟਾ ਲੱਗ ਜੂ ਸੌਂਦੇ ਕਰ ਦਿਨ 1 ਵੱਜੂ ਫਿਰ ਕੱਲ੍ਹ ਨੂੰ ਬੱਚੇ ਵੀ ਡਾਉਣੇ ਉੱਠ ਕੇ ਮੈਂ ਇਦੂ ਚੰਗਾ ਜੇ ਆਪਾਂ ਹੁਣ ਸੌਂ ਜਾਈਏ ਮੂੰਹ ਹੱਥ ਧੋ ਕੇ ਅਤੇ ਕੱਲ੍ਹ ਨੂੰ ਟਾਈਮ ਨਾਲ ਉੱਠ ਕੇ ਬੱਚੇ ਡਾ ਕੇ ਅਤੇ ਕੱਲ੍ਹ ਨੂੰ ਟਾਈਮ ਨਾਲ ਨਹਾ ਲਾਂਗੇ ਸਹੀ ਹੈ ਨਾ ਮੇਰਾ ਮਾਇੰਡ ਠੀਕ ਹੈ ਕਿ ਨਹੀਂ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਦਵਾਈ ਆਪਾਂ ਕੁੱਟਤੀ ਠੀਕ ਹੈ ਅੱਖਾਂ ਖਰਾਬ ਵਾਸਤੇ ਆ ਦੇਖੋ ਮੈਂ ਤਾਂ ਹੁਣੇ ਦਿੰਦਾ ਸੀ ਟਿਵਲੀ ਨੂੰ ਮੈਂ ਤੂੰ ਲੈ ਜਾ ਨਾਲ ਹੁਣ ਕਹਿੰਦਾ ਮੈਂ ਹੀ ਕਰੇ ਕਹਿੰਦਾ ਮੈਂ ਤੜਕੇ ਲੈ ਕੇ ਜਾਊਂਗਾ ਮੈਂ ਠੀਕ ਹੈ ਦਵਾਈ ਕੁੱਟ ਕੇ ਇਹਦੇ 'ਚ ਪਾ ਤੀ ਅਤੇ ਇਹ ਸੁਆਹ ਲੈ ਕੇ ਜਾਊਗਾ ਮਤਲਬ ਉਹ ਕਹਿੰਦਾ ਯਾਰ ਵੀ ਇਹ ਅੱਖਾਂ ਵਾਲੀ ਬਿਮਾਰੀ ਹੈ ਜਿਹੜੀ ਇਹ ਇੱਕ ਐਸਾ ਵਾਇਰਸ ਹੈ ਵੀ ਜਿਹਦਾ ਇਲਾਜ ਹੈ ਨਹੀਂ ਗਾ ਕੋਈ ਅੱਖਾਂ ਵਾਲੀ ਬਿਮਾਰੀ ਹੈ ਜਿਹੜੀ ਮੈਂ ਯਾਰ ਚੱਲ ਠੀਕ ਆ ਕਹਿੰਦਾ ਮੈਂ ਸਾਰੀਆਂ ਦਵਾਈਆਂ ਦੇ ਕੇ ਵੇਖ ਲੈਣਾ ਮੈਂ ਵੀ ਠੀਕ ਹਾਂ ਮੈਂ ਫਿਰ ਇੱਕ ਆਪਣੀ ਦਵਾਈ ਵੀ ਦੇ ਕੇ ਦੇਖਣਾ ਪਾ ਤਿਆਰ ਕਰਕੇ ਅਤੇ ਨਵੀਂ ਤਿਆਰ ਕੀਤੀ ਆ ਹੈ ਨਾ ਅਤੇ ਹੈ ਸਾਰੀ ਮੈਡੀਕਲ ਦਵਾਈ ਫਿਰ ਤਾਂ ਕਰਕੇ ਅਤੇ ਜੇ ਵਰਕ ਕੀਤੀ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਨੋਰਮਲ ਅੱਖਾਂ ਖਰਾਬ ਵਾਸਤੇ ਨਹੀਂ ਬਈ ਇਹ ਅੱਖਾਂ ਵਾਲੇ ਵਾਇਰਸ ਵਾਸਤੇ ਹੈ ਤੁਹਾਨੂੰ ਪਤਾ ਅੱਖਾਂ ਵਾਲਾ ਵਾਇਰਸ ਬਹੁਤ ਚੱਲਿਆ ਹੋਇਆ ਨਾ ਵੱਡੇ ਵੱਡੇ ਖਿਡਾਰੀਆਂ ਦੇ ਪਿਆ ਹੋਇਆ ਇਹ ਟਾਈਮ ਅਤੇ ਚਲੋ ਆਪਣੇ ਤਾਂ ਬਾਬਾ ਨੇ ਕਿਰਪਾ ਕੀਤੀ ਹੈ ਨਾ ਸਭ ਕੁਝ ਸੈੱਟ ਹੈ ਮਾਲਕ ਦੀ ਕਿਰਪਾ ਨਾਲ ਤਾਂ ਹੀ ਅਤੇ ਬਾਕੀ ਯਾਰ ਵਲੌਗ ਦੀ ਐਂਡਿੰਗ ਵੀ ਬਸ ਕਰ ਹੀ ਦੇਈ ਹੈ ਨਾ ਪੁੱਤਰਾਂ ਨੂੰ ਦਾਣਾ ਪਾਣੀ ਪਾਤਾ ਸੀਗਾ ਸੱਚ ਬਈ ਮਾਂ ਠੀਕ ਆ ਇੱਧਰ ਵੀ
ਇੱਧਰ ਵੀ ਉਹਦੇ ਕੋਲ ਟਰੀਆਂ ਭਰੀਆਂ ਪਈਆਂ ਉਹਦੇ ਕੋਲ ਤਾਣੇ ਵਾਲੀਆਂ। ਹਾਂਜੀ ਮੇਰੇ ਵੀਰੋ, ਤੇ ਪੈਰਾਂ ਇੱਥੇ ਧੋਲੇ ਬਈ, ਘਰੇ ਗਿਆ ਸੀਗਾ, ਮੇਰ ਰਹਿ ਸੀਗੀ, ਸੱਚੀ ਗਾਪਣੀ ਮਾਰਦਾ ਘਰੇ ਮੈਂ ਜਾ ਵੜਿਆ ਸੀ ਤਗੜਾ ਦਿਲ ਕਰਕੇ, ਮੈਂ ਯਾਰ ਜਾ ਵੜਦੇ ਹਾਂ ਕੇਰਾਂ, ਤਾਂ ਹੀ ਸੋਚ ਕੇ ਅਸੀਂ ਪਾਣੀ ਤੱਤਾ ਹੋਊਗਾ ਨਹਾਉਣ ਵਾਲੇ 'ਚ ਉੱਥੇ ਮੂੰਹ ਹੱਥ ਧੋ ਕੇ ਆਵਾਂਗੇ, ਫਿਰ ਮੈਂ ਜਦੋਂ ਮੈਂ ਕੇਰਾਂ ਨਹਾਉਣ ਵਾਲੇ 'ਚ ਵੜ ਗਿਆ ਫਿਰ ਤਾਂ ਨਹਾ ਹੀ ਲਵਾਂਗੇ ਨਾ। ਜਦੋਂ ਬਾਹਰ 'ਚ ਗਿਆ ਅਤੇ ਬਾਹਰ 'ਚ ਅੰਦਰੋਂ ਜੜੇ ਪਏ ਸੀਗੇ, ਪਹਿਲਾਂ ਮੈਂ ਬਾਹਰੋਂ ਜੜ ਕੇ ਉਹਨਾਂ ਨਾਲ, ਹੁਣ ਅੰਦਰੋਂ ਜੜੇ ਪਏ ਸੀਗੇ, ਬਾਹਰੋਂ ਮਤਲਬ ਬਾਹਰੋਂ ਬਾਹਰੋਂ ਵੀ ਜੜਿਆ ਪਿਆ ਸੀਗਾ ਪਰ ਅੰਦਰੋਂ ਵੀ ਜੜਿਆ ਪਿਆ ਸੀ, ਫਿਰ ਬਾਹਰੋਂ ਖੋਲ੍ਹੇ ਦਾ ਫਾਇਦਾ ਹੀ ਕੋਈ ਨਹੀਂ ਨਾ, ਅੰਦਰੋਂ ਹੀ ਜੜ ਲਏ ਤੂੰ। ਫਿਰ ਮੈਂ ਮੁੜਿਆ ਉਹਨੇ ਪੈਰੀ, ਫਿਰ ਇੱਥੇ ਠੰਡੇ ਪਾਣੀ ਨਾਲ ਪੈਰਾਂ ਧੋਲੇ, ਅਤੇ ਬਾਕੀ ਠੰਡ ਬਹੁਤ ਆ, ਪੂਰੀ ਫੀਲ ਹੋ ਰਹੀ ਆ, 20 ਡਿਗਰੀ ਟੈਂਪਰੇਚਰ ਹੋਣਾ ਸ਼ਾਇਦ, 20-22 ਆ ਇੱਥੇ, ਹੈ ਨਾ ਮੇਰੇ ਹਿਸਾਬ ਨਾਲ। ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ, ਅਤੇ ਬਸ ਠੀਕ ਆ ਬਾਬੇ ਹੁਣ, ਓਕੇ ਰਿਪੋਰਟ ਆ ਮੇਰੇ ਹਿਸਾਬ ਨਾਲ ਤਾਂ, ਪਰ ਲਿਫਟਾਂ ਲੁਫਟਾਂ ਭਜਾਉਣਾ ਮੈਂ ਸਾਰੇ ਕਹੇ ਦੇਗਾ, ਠੀਕ ਆ ਸੌਂਦੇ ਹਾਂ ਬਈ, ਅਤੇ ਕੱਲ੍ਹ ਨੂੰ ਦੇਖਦੇ ਹਾਂ ਕੀ ਬਣਦਾ, ਅੱਜ ਕੋਈ ਰੈਣੀ ਕਰੀ ਦੀ ਹੁੰਦੀ, ਮੌਕਾ ਹੀ ਦੱਸੂਗਾ ਵੀ ਕੱਲ੍ਹ ਨੂੰ ਕੀ ਕਰਨਾ ਕੀ ਨਹੀਂ ਆਪਾਂ। ਓਕੇ ਜੀ, ਬਾਏ ਬਾਏ ਸਾਰੇ ਵੀਰਾਂ ਨੂੰ, ਗੁੱਡ ਨਾਈਟ, ਲਵ ਯੂ।